ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਸਾਖੀ ਦਾ ਪੁਰਬ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਉਣ ਲਈ ਪੰਥਕ ਇਕੱਠ ਵਿੱਚ ਸ਼ਾਮਲ ਹੋਣ ਲਈ ਸੰਤ ਬਾਬਾ ਹਰਨਾਮ ਸਿੰਘ ਜੀ ਵੀ ਸੰਗਤ ਸਮੇਤ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਏ। ਸ੍ਰੀ ਅਨੰਦਪੁਰ ਸਾਹਿਬ ਪੁੱਜਣ ਉਪਰੰਤ ਬਾਬਾ ਜੀ ਨੇ ਸਾਰੇ ਸਿੰਘਾਂ ਨਾਲ ਸਲਾਹ ਬਣਾਈ ਕਿ ਇੱਥੇ ਇੱਕ ਮਹਾਂਪੁਰਖਾਂ ਦਾ ਕਾਫ਼ੀ ਵੱਡਾ ਅਸਥਾਨ ਹੈ ਜੋ ਸਾਡੇ ਜਾਨੂ ਵੀ ਹਨ। ਅਸੀਂ ਸਾਰੇ ਉਹਨਾਂ ਦੇ ਡੇਰੇ ਚੱਲਦੇ ਹਾਂ। ਜੇ ਰਿਹਾਇਸ਼ ਲਈ ਜਗ੍ਹਾ ਹੋਈ ਤਾਂ ਉੱਥੇ ਠਹਿਰ ਲਵਾਂਗੇ। ਦੂਸਰਾ, ਸਾਨੂੰ ਸਾਰਿਆਂ ਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣਗੇ। ਇਸ ਵਿਚਾਰ ਅਧੀਨ ਸਾਰੇ ਸਿੰਘ ਬਾਬਾ ਜੀ ਦੇ ਨਾਲ ਪੈਦਲ ਹੀ ਉਸ ਅਸਥਾਨ ਵੱਲ ਤੁਰ ਪਏ। ਉਹਨਾਂ ਦਿਨਾਂ ਵਿੱਚ ਸੰਤ ਜੀ ਦੀ ਅਕਾਲੀਆਂ ਨਾਲ ਕੁਝ ਵਿਗੜੀ ਹੋਈ ਸੀ। ਬਾਬਾ ਜੀ ਅਤੇ ਸਾਰੀ ਸੰਗਤ ਨੇ ਡੇਰੇ ਪੁੱਜ ਕੇ ਜਿੱਥੇ ਸੰਤ ਜੀ ਆਪਣੇ ਪਲੰਘ ਉੱਤੇ ਬੈਠੇ ਹੋਏ ਸਨ, ਉੱਥੇ ਪਹੁੰਚ ਕੇ ਉਹਨਾਂ ਨੂੰ ਫਤਿਹ ਬੁਲਾਈ। ਪਰ ਸੰਤ ਜੀ ਆਪਣੀ ਗੱਡੀ ਦੇ ਡਰਾਈਵਰ ਨਾਲ ਇੱਕ ਸਾਬਣ ਦੀ ਟਿੱਕੀ ਬਾਬਤ ਝਗੜ ਲਏ ਸਨ ਕਿ ਤੂੰ ਹੁਣ ਸਾਬਣ ਦੀ ਟਿੱਕੀ ਸਾਨੂੰ ਪੁੱਛੇ ਬਿਨਾਂ ਕਿਸੇ ਨੂੰ ਕਿਉਂ ਦਿੱਤੀ ਹੈ? ਇਸ ਤਰ੍ਹਾਂ ਬੇਪ੍ਰਤੀਤੀ ਹੋ ਜਾਂਦੀ ਹੈ। ਡਰਾਈਵਰ ਵਿਚਾਰਾ ਖਿਮਾ ਮੰਗ ਰਿਹਾ ਸੀ, ਪਰ ਸੰਤ ਜੀ ਉਸਨੂੰ ਡਾਂਟ ਫੜ ਰਹੇ ਸਨ। ਝਗੜੇ ਵਿੱਚ ਉਹ ਇੰਨੇ ਮਗਨ ਸਨ ਕਿ ਉਹਨਾਂ ਨੇ ਫਤਿਹ ਦਾ ਉੱਤਰ ਵੀ ਨਹੀਂ ਦਿੱਤਾ। ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ, ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਣ ਉਪਰੰਤ ਬਾਬਾ ਜੀ ਅਤੇ ਬਾਕੀ ਸੰਗਤ ਜੋ ਹੇਠਾਂ ਪਰਾਲੀ ਵਿਛੀ ਹੋਈ ਸੀ ਉਸ ਉੱਤੇ ਬੈਠ ਗਏ। ਉਧਰੋਂ ਸੰਤ ਜੀ ਨੇ ਵੀ ਇੱਕ ਵਾਰ ਝਗੜੇ ਵੱਲੋਂ ਬਿਰਤੀ ਸੰਕੋਚ ਕੇ ਸੰਗਤ ਨੂੰ ਕਿਹਾ, ਭਾਈ ਲੰਗਰ ਵਿੱਚ ਜਾ ਕੇ ਜਲ ਪਾਣੀ ਛਕ ਲਵੋ। ਬਾਬਾ ਜੀ ਅਤੇ ਸਾਰੀ ਸੰਗਤ ਬੈਠੇ ਹੀ ਰਹੇ। ਤਦ ਕੁਝ ਸਮੇਂ ਬਾਅਦ ਉਹਨਾਂ ਬੜੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਅਸੀਂ ਤੁਹਾਨੂੰ ਲੰਗਰ ਛਕਣ ਨੂੰ ਕਿਹਾ ਹੈ, ਤੁਸੀਂ ਅਜੇ ਇੱਥੇ ਹੀ ਬੈਠੇ ਹੋ। ਬਾਬਾ ਜੀ ਅਤੇ ਬਾਕੀ ਸਿੰਘ ਉੱਠੇ ਅਤੇ ਨਮਸਕਾਰ ਕਰਕੇ ਲੰਗਰ ਵੱਲ ਚੱਲ ਪਏ। ਸਾਰੇ ਸਿੰਘ ਆਪਣੇ ਮਨ ਵਿੱਚ ਬੜੇ ਔਖੇ ਸਨ ਕਿ ਅਸੀਂ ਏਡੀ ਦੂਰੋਂ ਦਰਸ਼ਨਾਂ ਲਈ ਆਏ ਹਾਂ, ਪਰ ਮਹਾਂਪੁਰਖਾਂ ਨੇ ਫਤਿਹ ਦਾ ਵੀ ਜਵਾਬ ਨਹੀਂ ਦਿੱਤਾ ਅਤੇ ਇੱਕ ਸਾਬਣ ਦੀ ਟਿੱਕਲੀ ਬਦਲੇ ਇੰਨਾ ਰੇੜਕਾ ਪਾਇਆ ਹੋਇਆ ਹੈ। ਪਰ ਸੰਗਤ ਵਿੱਚੋਂ ਇੱਕ ਭਾਈ ਬਗੀਚਾ ਜੀ ਸਨ, ਜਿਨ੍ਹਾਂ ਦੇ ਮਨ ਵਿੱਚ ਬੜੀ ਰੰਜਸ ਸੀ ਕਿ ਇਹ ਮਹਾਂਪੁਰਖ ਬਾਬਾ ਜੀ ਦੇ ਚੰਗੀ ਤਰ੍ਹਾਂ ਜਾਣੂ ਹਨ, ਉਮਰ ਕਰਕੇ ਵੀ ਛੋਟੇ ਹਨ ਅਤੇ ਆਤਮਿਕ ਅਵਸਥਾ ਵਿੱਚ ਵੀ ਬਾਬਾ ਜੀ ਹੀ ਉੱਚੇ ਹਨ। ਚਲੋ ਸੰਗਤ ਦਾ ਸਤਿਕਾਰ ਨਾ ਵੀ ਕਰਦੇ, ਪਰ ਬਾਬਾ ਜੀ ਨੂੰ ਤਾਂ ਫਤਿਹ ਦਾ ਉੱਤਰ ਦੇ ਕੇ ਯੋਗ ਆਦਰ ਸਤਿਕਾਰ ਦਿੰਦੇ, ਇਹਨਾਂ ਦਾ ਇਹ ਤਾਂ ਫਰਜ਼ ਬਣਦਾ ਸੀ। ਇਸ ਤਰ੍ਹਾਂ ਦੇ ਅਨੇਕਾਂ ਉਤਰਾਅ ਚੜ੍ਹਾਅ ਭਾਈ ਬਗੀਚਾ ਸਿੰਘ ਅਤੇ ਬਾਕੀ ਸਿੰਘਾਂ ਦੇ ਮਨ ਵਿੱਚ ਆ ਰਹੇ ਸਨ ਕਿ ਬਾਬਾ ਜੀ ਤੁਰੇ ਜਾਂਦੇ ਅਚਾਨਕ ਖਲੋ ਗਏ ਅਤੇ ਭਾਈ ਬਗੀਚਾ ਸਿੰਘ ਹੋਰਾਂ ਨੂੰ ਮੁਖਾਤਿਬ ਕਰਕੇ ਕਹਿਣ ਲੱਗੇ ਕਿ ਦੇਖੋ ਸਤਿਗੁਰੂ ਜੀ ਨੇ ਕਿੰਨੀ ਕਿਰਪਾ ਕੀਤੀ ਹੈ। ਇੱਕ ਤਾਂ ਸੰਤਾਂ ਦੇ ਦਰਸ਼ਨ ਹੋ ਗਏ ਹਨ, ਦੂਸਰਾ ਉਹਨਾਂ ਹੋਰ ਮਿਹਰ ਕੀਤੀ ਹੈ, ਸਾਨੂੰ ਪ੍ਰਸ਼ਾਦਾ ਛਕਣ ਲਈ ਕਿਹਾ ਹੈ, ਬੜੀ ਮੌਜ ਬਣ ਗਈ ਹੈ। ਅਗਾਂਹ ਲਈ ਸਦਾ ਵਾਸਤੇ ਇਹ ਯਾਦ ਰੱਖਣਾ ਕਿ ਜਦੋਂ ਵੀ ਕਿਸੇ ਪਾਸ ਚੱਲ ਕੇ ਜਾਈਏ, ਮਨ ਵਿੱਚ ਇਹ ਧਾਰਨਾ ਬਿਲਕੁਲ ਨਹੀਂ ਰੱਖਣੀ ਕਿ ਉਹ ਸਾਡਾ ਮਾਣ ਸਤਿਕਾਰ ਕਰੇ। ਇਸ ਤਰ੍ਹਾਂ ਜੇ ਸਤਿਕਾਰ ਹੋਵੇ ਤਦ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ, ਅਤੇ ਜੇ ਸਤਿਕਾਰ ਨਾ ਹੋਵੇ ਤਦ ਹਿਰਦੇ ਵਿੱਚ ਟੈਂਡੀ ਕਲਾ ਅਤੇ ਨਫ਼ਰਤ ਪੈਦਾ ਹੋ ਜਾਂਦੀ ਹੈ। ਇਹ ਦੋਵੇਂ ਹਾਲਤਾਂ ਮਨ ਨੂੰ ਮਲੀਨ ਕਰਦੀਆਂ ਹਨ। ਅਜਿਹੇ ਪ੍ਰਭਾਵਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਹੈ। ਸਤਿਗੁਰੂ ਜੀ ਦਾ ਹੁਕਮ ਹੈ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਇਸ ਪ੍ਰਕਾਰ ਦੇ ਬਚਨ ਮਹਾਂਪੁਰਖਾਂ ਦੀ ਰਚਨਾ ਤੋਂ ਸ੍ਰਵਣ ਕਰਕੇ ਸਾਰੇ ਸਿੰਘਾਂ ਦੇ ਮਨ ਸ਼ਾਂਤ ਹੋ ਗਏ। ਭਾਈ ਬਗੀਚਾ ਸਿੰਘ ਜੀ ਜੋ ਮਨ ਕਰਕੇ ਕਾਫੀ ਦੁਖੀ ਸਨ, ਬਾਬਾ ਜੀ ਨੇ ਕਹਿਣ ਲੱਗੇ ਕਿ ਮੇਰੇ ਮਨ ਵਿੱਚ ਤਾਂ ਸੰਤ ਜੀ ਪ੍ਰਥਾਏ ਬੜਾ ਕਿਲਾ ਹੈ, ਪਰ ਆਪ ਜੀ ਨੇ ਉਹਨਾਂ ਵੱਲੋਂ ਸਤਿਕਾਰ ਨਾ ਦਿੱਤੇ ਜਾਣ ਦਾ ਪੂਰਾ ਜਿੰਨਾ ਵੀ ਅਸਰ ਨਹੀਂ ਕਬੂਲਿਆ।
ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਜੀ ਜੋ ਕਰਦੇ ਹਨ ਉਸ ਵਿੱਚ ਭਲਾ ਹੁੰਦਾ ਹੈ। ਜੇ ਸੰਤ ਮਹਾਰਾਜ ਜੀ ਸਾਡੀ ਆਓ ਭਗਤ ਕਰਦੇ ਅਤੇ ਰਿਹਾਇਸ਼ ਲਈ ਕਮਰਾ ਦੇ ਦਿੰਦੇ ਤਾਂ ਅਸੀਂ ਇੱਥੇ ਹੀ ਟਿਕ ਜਾਣਾ ਸੀ ਅਤੇ ਜੋ ਕਥਾ ਕੀਰਤਨ ਅਤੇ ਗੁਰਮਤ ਵਿਚਾਰਾਂ ਤਖ਼ਤ ਸਾਹਿਬ ਤੇ ਹੋਣੀਆਂ ਹਨ, ਹੋ ਸਕਦਾ ਹੈ ਅਸੀਂ ਉਹਨਾਂ ਤੋਂ ਵਾਂਝੇ ਰਹਿ ਜਾਂਦੇ। ਹੁਣ ਉੱਥੇ ਸਰਾਂ ਵਿੱਚ ਕਮਰਾ ਮਿਲ ਜਾਵੇਗਾ, ਜੇ ਨਾ ਮਿਲਿਆ ਤਾਂ ਗੁਰੂ ਦੇ ਚਰਨਾਂ ਵਿੱਚ ਹੀ ਸਮਾਂ ਬਤੀਤ ਹੋ ਜਾਵੇਗਾ ਅਤੇ ਸਾਰੇ ਪ੍ਰੋਗਰਾਮ ਦੀ ਹਾਜ਼ਰੀ ਵੀ ਭਰ ਹੋ ਜਾਵੇਗੀ। ਇੱਥੋਂ ਉਚੇਚਾ ਚੱਲ ਕੇ ਜਾਣਾ ਪੈਣਾ ਸੀ। ਇਸੇ ਪ੍ਰਕਾਰ ਬਾਬਾ ਜੀ ਅਤੇ ਸਾਰੀ ਸੰਗਤ ਸ਼ਾਂਤ ਚਿੱਤ ਹੋ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਕਿਲ੍ਹਾ ਆਨੰਦਗੜ੍ਹ ਸਾਹਿਬ ਪੁੱਜੇ। ਉੱਥੇ ਦਿਓੜੀ ਵਿੱਚ ਹੀ ਮੈਨੇਜਰ, ਜੋ ਕਿ ਬਾਬਾ ਜੀ ਦੇ ਵਾਕਫ ਸਨ, ਮਿਲ ਪਏ। ਉਹਨਾਂ ਨੇ ਦੋ ਕਮਰੇ ਦੇ ਦਿੱਤੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੀ ਸੰਗਤ ਨੇ ਬਾਬਾ ਜੀ ਨਾਲ 3 ਦਿਨ ਬੇਅੰਤ ਆਨੰਦ ਮਾਣਿਆ। ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਹੈ, ਜੇਕਰ ਕੋਈ ਬਹੁਤਾ ਸਤਿਕਾਰ ਦੇ ਦੇਵੇ ਤਾਂ ਆਪਣੀ ਬਿਰਤੀ ਨੂੰ ਕਿਸੇ ਹੁਲਾਸ ਵਿੱਚ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਕਿਸੇ ਦੇ ਨਾ ਸਤਿਕਾਰ ਦੇਣ ਉੱਤੇ ਕਿਸੇ ਤਰ੍ਹਾਂ ਦੀ ਨਿਗੂਨਤਾ ਜਾਂ ਟੈਂਦੀ ਕਲਾ ਵਿੱਚ ਮਨ ਨੂੰ ਖੜਨਾ ਚਾਹੀਦਾ ਹੈ। ਹਮੇਸ਼ਾ ਗੁਰੂ ਮੇਰ ਸਦਕਾ ਸਮ ਬਿਰਤੀ ਵਿੱਚ ਹੀ ਵਿਚਰਦੇ ਰਹਿਣਾ ਚਾਹੀਦਾ ਹੈ। ਗੁਰਦੇਵ ਪਿਤਾ ਦਾ ਵੀ ਇਹੀ ਫਰਮਾਨ ਹੈ, ਤਤ ਸਮ ਦਰਸੀ ਸੰਤ ਹੋ ਕੋਈ ਕੋਟ ਮੰਦਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।